ਸਤਿ ਸ਼੍ਰੀ ਅਕਾਲ ਪਿਆਰੇ ਸਾਥੀਓ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ। ਜਿਵੇਂ ਕਿ ਮਾਸਟਰ ਕੈਡਰ ਦੀ ਜੋ ਮੈਰਿਟ ਲਿਸਟ ਆ ਵੀ ਪੈ ਗਈ ਹੈ ਤੇ ਹੁਣ ਜੋ ਪ੍ਰੋਸੈਸ ਸ਼ੁਰੂ ਹੋਣ ਜਾ ਰਿਹਾ 27 ਤਰੀਕ ਤੋਂ ਸਕਰੂਟਨੀ ਦਾ, ਯਾਨੀ ਕੱਲ ਤੋਂ, ਤੇ ਇਹਦੇ ਰਿਗਾਰਡਿੰਗ ਬਿਲਕੁਲ ਤੁਹਾਡੇ ਲਈ ਇੱਕ ਬਹੁਤ ਜ਼ਰੂਰੀ ਸੂਚਨਾ ਮੈਂ ਲੈ ਕੇ ਆਇਆ। ਡਾਕੂਮੈਂਟ ਅਪਲੋਡ ਕਰਨ ਦੀ ਗੱਲ ਆਈ ਸੀ ਤੇ ਡਾਕੂਮੈਂਟ ਅਪਲੋਡ ਕਰਨ ਦਾ ਜੋ ਪੋਰਟਲ ਹੈ ਅਜੇ ਸਾਰੇ ਨੂੰ ਅਵੇਲੇਬਲ ਨਹੀਂ ਹੋਇਆ। ਅਤੇ ਇੱਕ ਹੋਰ ਮੈਂ ਇੱਥੇ ਗੱਲ ਦੱਸਣ ਜਾ ਰਿਹਾ, ਜਿਸ ਤਰ੍ਹਾਂ ਮੈਂ ਕਿਸੇ ਹੋਰ ID ਤੋਂ ਖੋਲ੍ਹ ਕੇ ਦੱਸਾਂਗਾ ਤੁਹਾਨੂੰ। ਸੋ ਕਈਆਂ ਦਾ ਨਹੀਂ ਆਇਆ ਬਟ ਹਜੇ ਪੋਰਟਲ ਆ ਗਿਆ ਕਈਆਂ ਦਾ, ਜਿਸ ਤਰ੍ਹਾਂ ਇਹ, ਅਤੇ ਮੈਂ ਆਪਣੇ ਜੋ ਡਾਕੂਮੈਂਟ ਅਪਲੋਡ ਕਰ ਚੁੱਕਿਆ। ਅਤੇ ਇੱਥੇ ਤੁਹਾਨੂੰ ਇੱਕ ਜ਼ਰੂਰ ਮੈਂ ਗੱਲ ਦੱਸਣਾ ਚਾਹਾਂਗਾ ਕਿ ਡਾਕੂਮੈਂਟ ਅਪਲੋਡ ਕਰਨ ਤੋਂ ਪਹਿਲਾਂ ਇਹ ਚੀਜ਼ ਜ਼ਰੂਰ ਦੇਖ ਲੈਣਾ ਕੀ ਚੀਜ਼ ਦੱਸਣ ਜਾ ਰਿਹਾ। ਇਹ ਦੇਖੋ, ਜਦੋਂ ਤੁਸੀਂ ਅਪਲੋਡ ਕਰਦੇ ਹੋ ਤੁਹਾਨੂੰ ਇੱਥੇ ਆਉਂਦਾ PDF ਬਣਾਉਣੀ ਹੈ ਸਿੰਗਲ, ਇੱਥੇ ਚੂਜ਼ ਫਾਰਮੈਟ ਕਰ ਦੇਣਾ, 800 KB ਦੀ ਚਾਹੀਦੀ ਹੈ। ਅਤੇ ਵਿੱਚ ਮਾਰਕਸ਼ੀਟ ਹੋ ਗਈ, ਸਰਟੀਫਿਕੇਟ 10ਵੀਂ ਦਾ, 12ਵੀਂ ਦਾ, BEd ਦਾ ਅਤੇ BSc ਵਗੈਰਾ ਦਾ ਜਾਂ ਨਹੀਂ ਲਿਖਿਆ ਇਹਨਾਂ ਨੇ, DMC ਅਗਰੀ ਗ੍ਰੈਜੂਏਸ਼ਨ ਦਾ ਲਿਖਿਆ, ਸਕੈਟਾਗਰੀ ਦਾ, ਡੋਮਾਸਾਈਲ ਦਾ, ਐਕਸਪੀਰੀਅੰਸ ਸਰਟੀਫਿਕੇਟ, ਇਹ ਮੇਨ ਇਸ਼ੂ ਆ ਸਰ। ਨਾਲ ਇੱਥੇ ਇਹਨਾਂ ਨੇ ਟੈਟ ਨਹੀਂ ਲਿਖਿਆ। ਅਤੇ ਜੋ ਸਾਨੂੰ ਨੋਟੀਫਿਕੇਸ਼ਨ ਆਇਆ ਸਕਰੂਟਨੀ ਦੇ ਰਿਗਾਰਡਿੰਗ, ਮੈਂ ਉੱਥੇ ਤੁਹਾਨੂੰ ਲੈ ਕੇ ਜਾਵਾਂਗਾ ਅਤੇ ਉੱਥੇ ਤੁਹਾਨੂੰ ਮੈਂ ਦੱਸਾਂਗਾ ਕਿ ਤੁਸੀਂ ਇਹਦੇ ਵਿੱਚ ਕੀ ਫਰਕ ਉਹਨਾਂ ਨੇ ਪਾਇਆ ਅਤੇ ਇਹ ਫਰਕ ਦੀ ਵਜ੍ਹਾ ਕੀ ਹੈ, ਉਹ ਵੀ ਤੁਹਾਨੂੰ ਮੈਂ ਦੱਸਾਂਗਾ। ਕਈ ਕੈਂਡੀਡੇਟ ਇਹ ਗੱਲ ਤੋਂ ਕਾਫੀ ਪਰੇਸ਼ਾਨ ਹੋਣਗੇ। ਇਹ ਦੇਖ ਸਕਦੇ ਹੋ ਤੁਸੀਂ, ਇੱਥੇ ਇਹਨਾਂ ਨੇ ਜੋ ਡਾਕੂਮੈਂਟ ਦੱਸੇ ਸੀ, ਮੈਟ੍ਰਿਕ, +2 ਗ੍ਰੈਜੂਏਸ਼ਨ, BEd, ਕੈਟਾਗਰੀ, ਡੋਮਿਸਾਈਲ, ਟੈਟ, ਇਹ 7 ਡਾਕੂਮੈਂਟ ਦੱਸੇ ਸੀ ਜੋ ਕਿ ਅਪਲੋਡ ਕਰਨੇ ਨੇ। ਰਿਜ਼ਰਵੇਸ਼ਨ ਵਾਲਿਆਂ ਨੂੰ ਦੋਨੇ ਜੋ 5ਵਾਂ ਅਤੇ 6ਵਾਂ ਜ਼ਰੂਰੀ ਹੈ, ਬਾਕੀ ਜੋ ਸਰਟੀਫਿਕੇਟ ਆ ਉਹ ਨਹੀਂ ਕਰਨੇ, ਓਪਨ ਵਾਲਿਆਂ ਨੇ ਜੇ ਨਹੀਂ ਕਰਨੇ, ਬਾਕੀ ਟੈਟ ਤਾਂ ਸਾਰਿਆਂ ਨੂੰ ਜ਼ਰੂਰੀ ਹੈ। ਪਰ ਇੱਥੇ ਹੁਣ ਮੈਂ ਜਦੋਂ ਤੁਹਾਨੂੰ ਇਹ ਪੋਰਟਲ ਖੋਲ੍ਹ ਕੇ ਦੱਸਦਾ ਹੈ, ਇੱਥੇ ਤੁਸੀਂ ਦੇਖੋ ਇਹਦੇ ਵਿੱਚ ਜੋ ਸਰਟੀਫਿਕੇਟ ਜਦੋਂ ਅਪਲੋਡ ਕਰਨਗੇ ਅਤੇ ਓਪਸ਼ਨ ਆਉਂਦਾ ਹੈ, ਅਤੇ ਇੱਥੇ ਟੈਟ ਦੀ ਨਹੀਂ ਆਉਂਦੀ ਓਪਸ਼ਨ, ਠੀਕ ਹੈ ਨਾ, ਟੈਟ ਦੀ ਨਹੀਂ ਆਉਂਦੀ ਅਤੇ ਇੱਕ ਇੱਥੇ ਐਕਸਪੀਰੀਅੰਸ ਦੀ ਆਉਂਦੀ ਹੈ। ਅਤੇ ਜੋ ਰਿਕਰੂਟਮੈਂਟ ਦਾ ਪ੍ਰੋਸੈਸ ਸੀ ਭਰਤੀ ਦਾ, ਉਹਦੇ ਵੱਲ ਵੀ ਮੈਂ ਤੁਹਾਨੂੰ ਲੈ ਕੇ ਜਾਵਾਂਗਾ ਸਕਰੀਨਸ਼ੋਟ 'ਤੇ ਅਤੇ ਉਹ ਦੱਸਾਂਗਾ। ਹਾਂਜੀ ਸਾਥੀ, ਇਹ ਜੋ ਸਭ ਤੋਂ ਪਹਿਲੇ ਨੋਟੀਫਿਕੇਸ਼ਨ ਆਇਆ ਸੀ ਜਦੋਂ ਫਰਵਰੀ 'ਚ ਆਇਆ ਸੀ, 28 ਫਰਵਰੀ ਨੂੰ, ਉਹਦੇ ਵਿੱਚ ਚੋਣ ਦਾ ਢੰਗ ਦੇਖੋ ਕੀ ਹੈ। ਚੋਣ ਦੇ ਢੰਗ 'ਚ ਉਹਨਾਂ ਨੇ ਦੱਸਿਆ ਸੀ ਕਿ 150 ਨੰਬਰ ਦਾ ਟੈਸਟ ਲਿਆ ਜਾਵੇਗਾ ਅਤੇ ਅਸਾਮੀਆਂ ਨੂੰ ਦਰਸਾਏਗੀ ਵਿੱਦਿਅਕ ਯੋਗਤਾ, ਪ੍ਰੋਫੈਸ਼ਨਲ ਯੋਗਤਾ, ਪ੍ਰੋਫੈਸ਼ਨਲ BEd ਆ ਜਾਂਦੀ ਹੈ, ਨਿਰਧਾਰਿਤ ਸ਼ਰਤਾਂ ਪੂਰੀਆਂ ਕਰਦੇ ਹੋਏ ਉਮੀਦਵਾਰਾਂ ਦੀ ਮੈਰਿਟ ਬਣੇਗੀ ਨਿਰੋਲ ਲਿਖਤੀ ਟੈਸਟ ਦੇ ਆਧਾਰ 'ਤੇ। ਅਤੇ ਟੈਟ ਦਾ ਜੋ ਸਰਟੀਫਿਕੇਟ ਹੈ ਇਹਦੇ ਨੰਬਰ ਨਹੀਂ ਜੋੜੇ ਜਾਣਗੇ, ਸਾਫ਼ ਸਾਫ਼ ਇੱਥੇ ਲਿਖਿਆ ਸੀ। ਜੇਕਰ 1 ਤੋਂ ਵੱਧ ਉਮੀਦਵਾਰਾਂ ਦੇ ਲਿਖਤੀ ਟੈਸਟ ਬਰਾਬਰ ਅੰਕ ਆਉਂਦੇ ਹਨ ਤਾਂ ਉਹਨਾਂ ਦੀ ਉਮਰ ਸੀਮਾ ਵੱਧ ਹੋਵੇਗੀ, ਇਸ ਨੂੰ ਮੈਰਿਟ 'ਚ ਪਹਿਲੇ ਰੱਖਿਆ ਜਾਵੇਗਾ। ਜੇਕਰ ਉਮਰ ਸੀਮਾ ਵੱਧ ਦੇ ਅੰਕ ਦੋਨੋਂ ਇੱਕੋ ਜਿਹੇ ਹੋਣ ਤਾਂ ਉਮੀਦਵਾਰ ਦੇ ਗ੍ਰੈਜੂਏਸ਼ਨ ਦੇ ਨੰਬਰ ਜ਼ਿਆਦਾ ਆਉਣਗੇ, ਯਾਨੀ ਜਦੋਂ ਏਜ ਬਰਾਬਰ ਹੋਏਗੀ ਤਾਂ ਗ੍ਰੈਜੂਏਸ਼ਨ ਦੇ ਨੰਬਰ ਫਿਰ ਦੇਖੀ ਜਾਏਗੀ। ਸੋ ਇਹਦੇ ਵਿੱਚ ਚੀਜ਼ ਸੀ। ਹੁਣ ਇੱਕ ਇਹਦੇ ਵਿੱਚ ਹੋਰ ਨੋਟੀਫਿਕੇਸ਼ਨ ਤੁਹਾਨੂੰ ਮੈਂ ਦੱਸਣ ਜਾ ਰਿਹਾ, ਇਹ ਸੀ ਸਿੱਖਿਆ ਪ੍ਰੋਵਾਈਡਰ ਦਾ। ਸਿੱਖਿਆ ਪ੍ਰੋਵਾਈਡਰ ਨੂੰ ਵੀ ਇਹਦੇ ਵਿੱਚ ਇੰਟਰੀ ਦਿੱਤੀ ਗਈ ਸੀ ਜੇ ਤੁਹਾਨੂੰ ਯਾਦ ਹੋਵੇ। ਅਤੇ ਉਹਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਵਲੰਟੀਅਰ ਸਿੱਖਿਆ ਪ੍ਰੋਵਾਈਡਰ ਨੂੰ ਜੋ ਟੈਟ ਦੀ ਐਗਜ਼ੈਂਪਸ਼ਨ ਦਿੱਤੀ ਗਈ ਹੈ ਅਤੇ ਟੈਟ ਦਾ ਜੋ ਛੋੜ ਦਿੱਤੀ ਗਈ ਹੈ, ਇਸ ਨਾਲ ਔਨਲਾਈਨ ਅਪਲਾਈ ਕਰਨ ਦੀ ਮਿਤੀ ਵਿੱਚ ਵੀ ਵਾਧਾ ਕੀਤਾ ਗਿਆ ਸੀ। ਇਹਦੇ ਪੁਰਾਣਾ ਲੈਟਰ ਹੈ, 20 ਅਕਤੂਬਰ ਦਾ ਲੈਟਰ ਹੈ, ਠੀਕ ਹੈ ਨਾ। ਸੋ ਇਹਦੇ ਹਿਸਾਬ ਦੇ ਨਾਲ ਸਾਥੀਓ, ਉਹ ਜੋ ਟੈਟ ਦੀ ਛੋੜ ਦਿੱਤੀ ਗਈ ਹੈ ਉਹਦੇ ਨਾਲ ਹੀ ਇੱਥੇ ਚੀਜ਼ ਹੈ। ਇਹਨਾਂ ਨੇ ਜੋ ਪੋਰਟਲ ਇੱਥੇ ਬਣਾਇਆ ਹੈ 'ਚ ਜੋ ਚੀਜ਼ਾਂ ਯੈਲੋ ਕਲਰ 'ਚ ਲਿਖੀਆਂ ਨੇ, ਇਹ ਚੀਜ਼ਾਂ ਜ਼ਿਆਦਾਤਰ ਵਲੰਟੀਅਰ ਲਈ ਆ, ਵਲੰਟੀਅਰ ਅਤੇ ਪ੍ਰੋਵਾਈਡਰ ਲਈ। ਵਲੰਟੀਅਰ EGS ਜੋ ਸਾਰੇ ਨੇ ਜਿਨ੍ਹਾਂ ਨੂੰ ਉਹ 'ਚ ਕੰਕਲੂਡ ਕੀਤਾ ਗਿਆ ਉਹਨਾਂ ਵਾਸਤੇ ਹੈ। ਤੋ ਇਹ ਚੀਜ਼ ਤੁਸੀਂ ਦੇਖ ਸਕਦੇ ਹੋ। ਅਤੇ ਸਾਥੀ ਇੱਕ ਹੋਰ ਮੈਂ ਗੱਲ ਦੱਸਾਂ, ਇਹਨਾਂ ਨੇ ਜੋ ਮੈਰਿਟ ਬਣਾਈ ਹੈ ਜੋ ਮਾਰਕਸ ਉੱਪਰ ਕੈਂਡੀਡੇਟ ਦੇ ਬਦਲ ਨੇ, ਉਹਨਾਂ ਦੇ ਐਕਸਪੀਰੀਅੰਸ ਦੇ 10 ਨੰਬਰ ਜਿਸ ਤਰ੍ਹਾਂ ETT 'ਚ ਪਾਏ ਸੀ ਉਹ ਸੀ, ਅਤੇ ETT ਵਾਲਿਆਂ ਨੇ ਵੀ ਕੇਸ ਕੀਤਾ ਸੀ ਕਿ ਤੁਸੀਂ ਇਹਨਾਂ ਦੇ ਨੰਬਰ ਕਿਉਂ ਪਾਏ ਨੇ, ਕਿਉਂਕਿ ਬਾਕੀ ਨੰਬਰ ਨੇ। ਇੱਕ ਭਰਤੀ ਵਿੱਚ 2 ਸ਼ਰਤਾਂ ਰੱਖੀਆਂ ਸੀ। ਸੋ ਮੇ ਵੀ ਹੋ ਸਕਦਾ ਇਹਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਕੋਈ ਇੱਦਾਂ ਦੀ ਪ੍ਰੋਬਲਮ ਆਵੇ, ਤਾਂ ਇਸ ਲਈ ਇਹਨਾਂ ਨੇ ਪਹਿਲੇ ਹੀ ਜੋ ਬਣਾ ਕੇ ਸਿੱਧਾ ਰਲਾ ਕੇ ਇੱਕ ਮੈਰਿਟ ਬਣਾਤੀ ਸੀ। ਅਤੇ ਸਾਥੀ ਹੁਣ PDF ਤੁਸੀਂ ਕਿੱਦਾਂ ਬਣਾਉਣੀ ਹੈ, PDF ਤੁਸੀਂ ਪੈਮ ਸਕੈਨਰ ਤੋਂ ਬਣਾ ਸਕਦੇ ਹੋ, ਅਤੇ ਸਾਰੀ ਸਿੰਗਲ ਸਕੈਨ ਕਰਕੇ ਇੱਕ ਸਿੰਗਲ ਫਾਈਲ ਬਣਾ ਲੈਣੀ ਹੈ, 800 KB ਚਾਹੀਦੀ। ਜੇ ਤੁਹਾਡੀ ਫਾਈਲ ਜ਼ਿਆਦਾ ਬਣ ਜਾਂਦੀ ਹੈ ਤਾਂ ਉਹਨੂੰ ਔਨਲਾਈਨ ਕੰਪਰੈਸ ਕਰ ਸਕਦੇ ਹੋ, ਬਟ ਬੈਟਰ ਇਹੀ ਹੋਏਗਾ ਕਿ ਤੁਸੀਂ ਜਾ ਕੇ ਕੈਫੇ 'ਤੇ ਜਾ ਕੇ ਪ੍ਰੋਵਾਈਡ ਕਰਵਾਓ ਇਹ। ਅਤੇ ਬਾਕੀ ਮੈਂ ਹੋਰ ਗੱਲ ਇੱਥੇ ਦੱਸਾਂ, 800 KB ਫਾਈਲ ਹੈ ਅਤੇ ਇਹਦੇ ਵਿੱਚ ਡਾਕੂਮੈਂਟ ਤੁਹਾਡੇ ਇੱਕ ਤਾਂ 10th ਦਾ ਹੋ ਗਿਆ, ਇੱਕ +2 ਦਾ ਹੋ ਗਿਆ, ਇੱਕ ਬੀ
इस बी एस सी फाइनल का लगाना है तीनों जिले बी एस सी फाइनल का सर्टिफिकेट एक डिग्री किन्ने हो गए चार बी एड पाँच बी एड की डिग्री छे टैट का सत्त ये सत्त जरूरी ने उदे बाद रिजर्वेशन जिन्होंने करवाई है डोमा साइज का कैटागरी का नौ नौ सर्टिफिकेट तुसी लेने ते लेटेस्ट तुसी अपलोड करियो ते पुराना अपलोड करोगे ते कोई प्रॉब्लम चलो नहीं वैसे तुसी उन्हां देख ही लेना है ते पुराना जरूर नाल लैके जाइयो क्योंकि लेटेस्ट ही सर्टिफिकेट जो मंगने ने ते जो कहणगे भी तुहाडे कोल पुराना सर्टिफिकेट नहीं है ते कोई इह च मुश्किल नहीं ते पुराना सर्टिफिकेट तुसी लैके जा सकदे हो। तो साथियो ये एक बहुत अहम जानकारी सी ते अपलोड करन तों पहलां ये वीडियो तुहानू देण दा की मतलब है भी इहदे विच तुसी किते ये जो येलो लाइन लिखी है ये मगर लग के ये ना होवे कि तुसी अपना टैट का सर्टिफिकेट ना अपलोड करो तो तुसी एक्सपीरियंस नू भालदे फिरो क्योंकि एक्सपीरियंस जो है गवर्नमेंट का चलेगा तो ये एक्सपीरियंस सिर्फ ईजीएस वलंटियर का ही एक्सपीरियंस है बाकी कोई एक्सपीरियंस काउंट नहीं होएगा सानू कोई एक्सपीरियंस का फायदा नहीं होना। हाँ जे तुसी होर कितें जॉब की आफ्टर बी एड किसी कॉलेज स्कूल पढ़ाया है जां कोई कंट्रैक्चुअल से काम कर रहे हो वो तुसी उन्हां नू जरूर दस सकते भी मैं इत्थे ऑलरेडी काम कर रहा। सो साथी ये एक बहुत अहम जानकारी सी ते कई साथी परेशान ने कि सर साडा जो इत्थे पोर्टल नहीं आ रहा डॉक्यूमेंट अपलोड सर्टिफिकेट वाला नहीं आ रहा तो उस टेंशन लैन की लोड़ नहीं है वो सारे नू ही शो होन लग जाएगा शाम तक सारे नू ही शो होन लग जाएगा तो टेंशन की लोड़ नहीं है। तो बहुत जरूरी सूचना सी इसलिए तुहानू दसना जरूरी सी ते बाकी होर भी मैंने पूछ रहे सी भी सर कई डोमिसाइल दे सर्टिफिकेट मैरिज हो गई जां जे जिन्हां जिन्हां ने ओपन दे विच जिन्हां दे नंबर स्टैंड करते हैं उन्होंने ना तो रेजीडेंस की लोड़ है तो ना डोमिसाइल की ये तुहानू जरूर मैं दसना चाहवागा ते जिन्होंने कोई कैटागरी ली उन्होंने दोनों सर्टिफिकेट चाहिए ने ते बाकी अपने पुराने सर्टिफिकेट जरूर ना लै जाइओ ते दो दो कॉपियां सारिया ही सर्टिफिकेट चाहे तुहाडी एम एस सी भी है चाहे पी एच डी भी है सारे जो भी तुहाडी क्वालिफिकेशन है वो सारिया दो दो फोटो कापियां सैल्फ अटैसटड करवा लियो तो एक एक कापी जो है वो फाइल जो स्क्रूटनी फाइल तुसी तैयार की उत्थे लगा लेनी है। तो उम्मीद करदा हां तुहानू ये वीडियो तो काफ़ी हैल्प हुई होएगी तो होर जे को तुहानू परेशानी आती तो मैनू जरूर तुसी दस सकते हो। धन्यवाद जी वीडियो देखने लई बेस्ट ऑफ लक हुण फाइल बड़े आराम दे नाल तुसी तैयार करियो कोई भी इस गलती ना करियो तो मैं रिकमेंड करांगा कि दो दो प्रिंट जरूर लै लियो एक प्रिंट जे गलती हो जाती तो दूसरा तुसी पढ़ सकते हो आराम नाल। कटिंग बिल्कुल ना करियो 0% कटिंग तुसी करियो इंग्लिश पंजाबी इन दोवें लैंग्वेज किसी एक विच तुसी भर दियो। धन्यवाद। तो किदां फार्म भरने ने मैं तुहानू दस चुकिया रात दे वीडियो दे विच बेस्ट ऑफ लक जे होर भी कोई परेशानी आती कमेंट ते कमेंट कर सकते हो जां मैनू व्हाट्सएप ते मैसेज कर सकते हो।